ਮੈਂ ਆਪ ਜੀ ਦੇ ਸਾਹਮਣੇ ਇੱਕ ਮਿੰਨੀ ਕਹਾਣੀ ਲੈ ਕੇ ਹਾਜ਼ਰ ਹੋਇਆ। ਸੰਸਾਰ ਭਰ ਦੀਆਂ 10 ਪਹਿਲੇ ਦਰਜੇ ਦੀਆਂ ਟੋਪ 10 ਵਿੱਚੋਂ ਜੋ ਕਹਾਣੀ ਹੈ, ਉਹਨਾਂ ਵਿੱਚੋਂ ਇਹ ਕਹਾਣੀ ਨੇ ਆਪਣੀ ਇੱਕ ਖਾਸ ਜਗ੍ਹਾ ਬਣਾਈ ਹੋਈ ਹੈ, ਜਿਸ ਦਾ ਨਾਮ ਹੈ ਪੈਰਾਂ ਦੇ ਨਿਸ਼ਾਨ, ਫੁੱਟਪ੍ਰਿੰਟਸ। ਲੇਖਕ ਆਪਣੀ ਗੱਲ ਸ਼ੁਰੂ ਕਰਦਾ ਹੈ। ਉਹ ਲਿਖਦਾ ਹੈ ਕਿ ਸੰਸਾਰ ਭਰ ਦੇ ਸਾਰੇ ਕੰਮ ਧੰਦੇ ਪਰੇ ਕਰਕੇ ਸ਼ਾਮ ਦਾ ਸਮਾਂ ਉਹ ਆਰਾਮ ਕਰਨ ਵਾਸਤੇ ਆਪਣੇ ਘਰ ਦੀ ਸਭ ਤੋਂ ਉੱਪਰਲੀ ਮੰਜ਼ਿਲ ਛੱਤ 'ਤੇ ਜਾਂਦਾ ਹੈ। ਜਦੋਂ ਉਹ ਬਿਸਤਰ 'ਤੇ ਲੇਟਦਾ ਹੈ ਅਤੇ ਅਸਮਾਨ ਖੁੱਲ੍ਹਾ ਅਤੇ ਉਸ ਵਿੱਚ ਟਿਮ ਟਿਮਾਉਂਦੇ ਤਾਰੇ ਉਸਦੇ ਮਨ ਨੂੰ ਮੋਹਦੇ, ਹਵਾ ਦੇ ਠੰਡੇ ਮਿੱਠੇ ਬੁੱਲੇ ਜਿਹੜੇ ਉਹਨੂੰ ਗੁਦਗੁਦਾਉਂਦੇ ਨੇ, ਉਹ ਬੜੇ ਆਨੰਦ ਵਿੱਚ ਚਲਾ ਜਾਂਦਾ ਅਤੇ ਇਸ ਤਰ੍ਹਾਂ ਕਰਦਿਆਂ ਉਹਦੀ ਅੱਖ ਲੱਗ ਜਾਂਦੀ ਹੈ। ਕੁਦਰਤ ਦੇ ਨਜ਼ਾਰੇ ਮਾਣਦਿਆਂ ਹੋਇਆਂ ਜਦੋਂ ਉਹ ਸੋ ਜਾਂਦਾ, ਉਹਨੂੰ ਬੜੀ ਖੁਸ਼ੀ ਅਨੁਭਵ ਹੁੰਦੀ ਹੈ ਅਤੇ ਉਹਨੂੰ ਇੱਕ ਸੁਪਨਾ ਆਉਣਾ ਆਰੰਭ ਹੁੰਦਾ ਹੈ। ਸੁਪਨੇ ਦੇ ਵਿੱਚ ਲੇਖਕ ਵੇਖਦਾ ਹੈ ਕਿ ਉਹ ਸਮੁੰਦਰ ਦੇ ਕੰਢੇ 'ਤੇ ਤੁਰ ਰਿਹਾ। ਜਦੋਂ ਉਹ ਸਮੁੰਦਰ ਵੱਲ ਵੇਖਦਾ ਹੈ, ਚੜ੍ਹਦੇ ਸੂਰਜ ਦੀਆਂ ਕਿਰਨਾਂ ਜਦੋਂ ਸਮੁੰਦਰ ਦੇ ਤਲ 'ਤੇ ਪੈਂਦੀਆਂ, ਉਹਨੂੰ ਬੜੀਆਂ ਚੰਗੀਆਂ ਲੱਗਦੀਆਂ। ਫਿਰ ਵੀ ਉਹ ਤੁਰੀ ਜਾ ਰਿਹਾ, ਉਹ ਤੁਰ ਰਿਹਾ। ਅਚਾਨਕ ਲੇਖਕ ਇਹ ਸੋਚਦਾ ਹੈ ਕਿ ਇਹ ਜਿਹੜਾ ਤੁਰਨਾ ਹੈ, ਇਹ ਜਿਹੜੇ ਪੈਰਾਂ ਦੇ ਨਿਸ਼ਾਨ ਹਨ, ਇਹ ਕੇਵਲ ਪੈਰਾਂ ਦੇ ਨਿਸ਼ਾਨ ਨਹੀਂ, ਇਹ ਤੋਰ ਨਹੀਂ, ਇਹ ਜਨਮ ਤੋਂ ਲੈ ਕੇ ਅੱਜ ਤੱਕ ਮੇਰਾ ਜੀਵਨ ਵੀ ਹੈ। ਉਹ ਖਲੋ ਜਾਂਦਾ ਹੈ ਅਤੇ ਪਿੱਛੇ ਮੁੜ ਕੇ ਆਪਣੇ ਪੈਰਾਂ ਦੇ ਨਿਸ਼ਾਨ ਦੇਖਦਾ ਹੈ, ਦੂਰ ਤੱਕ ਦੇਖਦਾ। ਉਹ ਬਹੁਤ ਹੀ ਹੈਰਾਨ ਹੁੰਦਾ ਹੈ। ਉਹ ਸੋਚਦਾ ਹੈ ਕਿ ਚੱਲ ਤੇ ਮੈਂ ਇਕੱਲਾ ਹੀ ਰਿਹਾ ਸੀ, ਪਰ ਕੇਵਲ ਮੇਰੇ ਪੈਰਾਂ ਦੇ ਨਿਸ਼ਾਨ ਹੀ ਨਹੀਂ ਹਨ, ਇੱਕ ਹੋਰ ਪੈਰਾਂ ਦੇ ਨਿਸ਼ਾਨ ਉਹਦੇ ਨਾਲ ਚੱਲ ਰਹੇ ਹਨ। ਨਾਲ ਹੀ ਲੇਖਕ ਇਹ ਸੋਚ ਕੇ ਬੜਾ ਹੀ ਪ੍ਰਸੰਨ ਹੁੰਦਾ ਹੈ ਕਿ ਇੱਕ ਪੈਰਾਂ ਦੇ ਨਿਸ਼ਾਨ ਤੇ ਮੇਰੇ ਹਨ, ਦੂਜੇ ਜਿਹੜੇ ਪੈਰਾਂ ਦੇ ਨਿਸ਼ਾਨ ਮੇਰੇ ਨਾਲ ਨਾਲ ਚੱਲ ਰਹੇ ਨੇ, ਉਹ ਮੇਰੇ ਅਕਾਲ ਪੁਰਖ ਵਾਹਿਗੁਰੂ ਦੇ ਨੇ, ਮੇਰੇ ਪਰਮੇਸ਼ਵਰ ਦੇ ਨੇ, ਮੇਰੇ ਪਰਮਾਤਮਾ ਦੇ ਨੇ। ਉਹ ਮਾਣ ਦੇ ਨਾਲ ਭਰ ਜਾਂਦਾ, ਬੜੀ ਖੁਸ਼ੀ ਮਹਿਸੂਸ ਕਰਦਾ, ਆਨੰਦ ਵਿੱਚ ਚਲਾ ਜਾਂਦਾ ਅਤੇ ਦੇਖਦਾ, ਦੋਨਾਂ ਕਦਮਾਂ ਨੂੰ ਦੇਖਦਾ। ਅਚਾਨਕ ਲੇਖਕ ਫਿਰ ਉਦਾਸ ਹੋ ਜਾਂਦਾ, ਕਿਉਂ? ਜਨਮ ਤੋਂ ਲੈ ਕੇ ਅੱਜ ਤੱਕ ਜਿਹੜੇ ਉਹਦੇ ਪੈਰਾਂ ਦੇ ਨਿਸ਼ਾਨ ਨੇ, ਉਸਨੇ ਮਹਿਸੂਸ ਕੀਤਾ ਕਿ ਜਦੋਂ ਜਦੋਂ ਉਹ ਬਹੁਤ ਖੁਸ਼ ਸੀ, ਬੜਾ ਪ੍ਰਸੰਨ ਸੀ, ਉਦੋਂ ਤੇ ਅਕਾਲ ਪੁਰਖ ਦੇ ਪੈਰਾਂ ਦੇ ਨਿਸ਼ਾਨ ਉਹਦੇ ਨਾਲ 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 ਚੱਲ ਰਹੇ ਨੇ, ਭਾਵ ਕਿ ਬਰਾਬਰ ਦੋਵਾਂ ਦੇ ਪੈਰਾਂ ਦੇ ਨਿਸ਼ਾਨ ਨਜ਼ਰ ਆ ਰਹੇ ਨੇ। ਉਹ ਉਦਾਸ ਹੋ ਗਿਆ ਕਿ ਜਦੋਂ ਮੈਂ ਬੜੀ ਖੁਸ਼ੀ ਵਿੱਚ ਸੀ, ਬੜਾ ਪ੍ਰਸੰਨ ਸੀ, ਉਦੋਂ ਤੇ
ਵਾਹਿਗੁਰੂ ਜੀ ਦੇ ਪੈਰਾਂ ਦੇ ਨਿਸ਼ਾਨ ਨਾਲ ਹਨ, ਪਰ ਜਦੋਂ ਮੈਂ ਦੁੱਖ ਵਿੱਚ ਸੀ, ਪਰੇਸ਼ਾਨੀ ਵਿੱਚ ਸੀ, ਉਦੋਂ ਕੇਵਲ ਇੱਕ ਜਣੇ ਦੇ ਪੈਰ ਦੇ ਨਿਸ਼ਾਨ ਨਜ਼ਰ ਆ ਰਹੇ ਹਨ ਕਿ ਉਦੋਂ ਪਰਮਾਤਮਾ ਮੇਰੇ ਨਾਲ ਨਹੀਂ ਸੀ। ਇਹ ਸੋਚ ਕੇ ਉਹਨੇ ਆਪਣਾ ਧਿਆਨ ਜ਼ਮੀਨ ਵੱਲ ਕਰ ਲਿਆ, ਥੱਲੇ ਆਪਣੇ ਅਖੀਰਲੇ ਪੈਰਾਂ ਦੇ ਨਿਸ਼ਾਨਾਂ ਵੱਲ ਵੇਖਣ ਲੱਗ ਪਿਆ। ਉਹ ਫਿਰ ਹੈਰਾਨ ਹੋਇਆ ਕਿ ਹੁਣ ਫਿਰ ਕੇਵਲ ਇੱਕ ਜਣੇ ਦੇ ਪੈਰ ਦੇ ਨਿਸ਼ਾਨ ਹਨ, ਅਤੇ ਮੈਂ ਹੁਣ ਵੀ ਉਦਾਸ ਹਾਂ ਅਤੇ ਮੇਰਾ ਪਰਮਾਤਮਾ ਮੇਰੇ ਨਾਲ ਨਹੀਂ। ਇੱਕ ਬੜੀ ਪਿਆਰੀ ਸੁੰਦਰ ਆਵਾਜ਼ ਉਹਦੇ ਕੰਨੀ ਪੈਂਦੀ ਹੈ, ਬੱਚੇ ਕੀ ਗੱਲ ਉਦਾਸ ਕਿਉਂ ਹੈ? ਲੇਖਕ ਉੱਪਰ ਦੇਖਦਾ, ਉਹ ਦੇਖਦਾ ਉਹਦਾ ਅਕਾਲ ਪੁਰਖ ਵਾਹਿਗੁਰੂ ਉਹਦੇ ਨਾਲ ਖੜਾ ਹੈ, ਬੜਾ ਪ੍ਰਸੰਨ ਹੁੰਦਾ, ਬੜਾ ਪ੍ਰਸੰਨ ਹੁੰਦਾ ਹੈ। ਉਹ ਪੈਰਾਂ ਦੇ ਨਿਸ਼ਾਨਾਂ ਵੱਲ ਵੀ ਦੇਖਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜੀ ਵੱਲ ਵੀ ਵੇਖਦਾ ਹੈ। ਕਹਿਣ ਲੱਗਾ, ਹੇ ਅਕਾਲ ਪੁਰਖ ਵਾਹਿਗੁਰੂ, ਮੇਰੇ ਮਨ 'ਚ ਸਵਾਲ ਹੈ, ਕਿਰਪਾ ਕਰੋ ਜੇ ਮੈਂ ਆਪ ਜੀ ਨੂੰ ਇਹ ਪੁੱਛ ਲਵਾਂ। ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮੇਸ਼ਵਰ ਆਖਣ ਲੱਗੇ, ਹਾਂ ਬੱਚੇ ਤੂੰ ਪੁੱਛ ਸਕਦਾ। ਲੇਖਕ ਨੇ ਦੂਰ ਤੱਕ ਪੈਰਾਂ ਦੇ ਨਿਸ਼ਾਨਾਂ ਵੱਲ ਦੇਖਿਆ ਅਤੇ ਆਪਣਾ ਸਵਾਲ ਵਾਹਿਗੁਰੂ ਜੀ ਦੇ ਅੱਗੇ ਰੱਖਿਆ। ਕਹਿਣ ਲੱਗਾ, ਹੇ ਮੇਰੇ ਪਿਤਾ, ਹੇ ਮੇਰੇ ਵਾਹਿਗੁਰੂ, ਮੈਂ ਮਹਿਸੂਸ ਕਰਦਾ ਕਿ ਜਿੱਥੇ ਮੈਂ ਬੜਾ ਸੁਖੀ ਸੀ, ਜਿੱਥੇ ਮੈਂ ਬੜਾ ਪ੍ਰਸੰਨਤਾ ਵਿੱਚ ਸੀ, ਜਿੱਥੇ ਮੈਂ ਬੜਾ ਆਨੰਦ ਵਿੱਚ ਸੀ, ਉੱਥੇ ਤੇ ਬਰਾਬਰ ਦੋਨਾਂ ਦੇ ਪੈਰਾਂ ਦੇ ਨਿਸ਼ਾਨ ਨਜ਼ਰ ਆ ਰਹੇ ਨੇ, ਭਾਵ ਕਿ ਉਦੋਂ ਤੁਸੀਂ ਮੇਰੇ ਨਾਲ ਨਾਲ ਸੀ। ਅਤੇ ਜਿੱਥੇ ਮੈਂ ਮਹਿਸੂਸ ਕਰਦਾ ਕਿ ਮੈਂ ਦੁਖੀ ਸੀ, ਪਰੇਸ਼ਾਨ ਸੀ, ਉਦਾਸ ਸੀ, ਉੱਥੇ ਕੇਵਲ ਇੱਕ ਪੈਰਾਂ ਦੇ ਨਿਸ਼ਾਨ ਹਨ ਕਿ ਹੇ ਮੇਰੇ ਪਰਮਾਤਮਾ, ਹੇ ਮੇਰੇ ਪਿਤਾ, ਉਦੋਂ ਤੁਸੀਂ ਮੇਰੇ ਨਾਲ ਨਹੀਂ ਸੀ। ਕਿਰਪਾ ਕਰੋ ਮਹਾਰਾਜ, ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਮਾਫ਼ ਕਰ ਦੇਣਾ, ਕਿਰਪਾ ਕਰੋ। ਵਾਹਿਗੁਰੂ ਜੀ ਮੁਸਕਰਾ ਰਹੇ ਸਨ ਅਤੇ ਉਹਦੇ ਵੱਲ ਲਗਾਤਾਰ ਦੇਖ ਰਹੇ ਸਨ। ਪਰਮਾਤਮਾ ਕਹਿਣ ਲੱਗੇ, ਬੱਚੇ ਇੱਕ ਵਾਰ ਫਿਰ ਧਿਆਨ ਨਾਲ ਦੇਖ, ਜਦੋਂ ਤੂੰ ਖੁਸ਼ ਸੀ, ਆਨੰਦ ਵਿੱਚ ਸੀ, ਪ੍ਰਸੰਨਤਾ ਦੇ ਵਿੱਚ ਸੀ, ਉਦੋਂ ਤੈਨੂੰ ਦੋਨਾਂ ਦੇ ਪੈਰਾਂ ਦੇ ਨਿਸ਼ਾਨ ਬਰਾਬਰ ਦਿਖਾਈ ਦੇ ਰਹੇ ਨੇ। ਜਦੋਂ ਤੂੰ ਦੁਖੀ ਸੀ, ਉਦਾਸ ਸੀ, ਤੈਨੂੰ ਕਿਸੇ ਦੀ ਜ਼ਰੂਰਤ ਸੀ, ਤੂੰ ਧਿਆਨ ਨਾਲ ਦੇਖ, ਉਦੋਂ ਜਿਹੜੇ ਪੈਰਾਂ ਦੇ ਨਿਸ਼ਾਨ ਨੇ ਉਹ ਤੇਰੇ ਨੇ ਕਿ ਮੇਰੇ ਨੇ? ਲੇਖਕ ਇੱਕਦਮ ਚੌਂਕ ਗਿਆ, ਉਹਨੇ ਦੂਰ ਤੱਕ ਪੈਰਾਂ ਦੇ ਨਿਸ਼ਾਨਾਂ ਨੂੰ ਫਿਰ ਤੱਕਿਆ, ਉਹਨੇ ਮੁੜ ਕੇ ਪਰਮਾਤਮਾ ਵੱਲ ਤੱਕਿਆ, ਵਾਹਿਗੁਰੂ ਜੀ ਵੱਲ ਤੱਕਿਆ, ਅਤੇ ਵਾਹਿਗੁਰੂ ਜੀ ਬੋਲੇ, ਕਹਿਣ ਲੱਗੇ, ਬੱਚੇ ਜਦੋਂ ਤੂੰ ਉਦਾਸ ਸੀ, ਪਰੇਸ਼ਾਨ ਸੀ, ਦੁਖੀ ਸੀ, ਤੈਨੂੰ ਕਿਸੇ ਦੀ ਜ਼ਰੂਰਤ ਸੀ, ਕਹਿੰਦੇ ਉਦੋਂ ਮੈਂ ਤੈਨੂੰ ਚੁੱਕ ਲੈਂਦਾ ਸੀ, ਉਦੋਂ ਮੈਂ ਤੈਨੂੰ ਆਪਣੀ ਗੋਦ ਵਿੱਚ ਲੈ ਲੈਂਦਾ ਸੀ, ਉਦੋਂ ਮੈਂ ਤੈਨੂੰ ਆਪਣੀ ਛਾਤੀ ਨਾਲ ਲਗਾ ਲੈਂਦਾ ਸੀ। ਲੇਖਕ ਦੀਆਂ ਅੱਖਾਂ ਚੋਂ ਹੰਝੂ ਨਿਕਲ ਆਏ, ਪਿਆਰ ਵਿੱਚ ਡੁੱਬ ਗਿਆ, ਹੱਥ ਜੁੜ ਗਏ ਅਤੇ ਵਾਰ ਵਾਰ ਸ਼ੁਕਰ ਸ਼ੁਕਰ ਕਹਿਣ ਲੱਗਾ। ਲੇਖਕ ਕਹਿੰਦਾ, ਫਿਰ ਮੇਰੀਆਂ ਅੱਖਾਂ ਖੁੱਲ੍ਹ ਗਈਆਂ,
ਸੱਚਮੁੱਚ ਅੱਖਾਂ ਵਿੱਚ ਹੰਝੂ ਸਨ ਅਤੇ ਇਸੇ ਤਰ੍ਹਾਂ ਹੀ ਮਹਿਸੂਸ ਕਰ ਰਿਹਾ ਸਾਂ ਕਿ ਮੇਰਾ ਪਰਮਾਤਮਾ ਮੇਰੇ ਨਾਲ ਹੈ, ਕਿ ਮੇਰਾ ਪਰਮਾਤਮਾ ਮੇਰੇ ਨਾਲ ਹੈ। ਨਮਸਕਾਰ ਹੈ ਐਸੇ ਲੇਖਕ ਨੂੰ। ਧੰਨਵਾਦ।